ਗੁਰਵੇ ਸਕਸੈਸ ਨੂੰ ਕਿਵੇਂ ਮਾਨਦੇ ਹੋ ਨਿਤ ਨਵੀਆਂ ਅਚੀਵਮੈਂਟ ਹੋ ਰਹੀ ਹੈ ਹਨਾ ਚਾਹੇ ਉਹ ਬ੍ਰਾਂਡ ਬੈਸਟਰ ਦੀ ਗੱਲ ਹੋਵੇ ਕਿਸੇ ਕੰਪਨੀ ਦੇ ਨਾਲ ਜੁੜਨਾ ਹੋਵੇ ਕੈਂਪੇਨ ਦੇ ਨਾਲ ਜੁੜਨਾ ਹੋਵੇ ਬ੍ਰਾਂਡ ਦੇ ਨਾਲ ਜੁੜਨਾ ਹੋਵੇ ਹਨਾ ਤੁਸੀਂ ਡੇ ਬਾਏ ਡੇ ਅਚੀਵਮੈਂਟ ਆਪਣਾ ਉੱਪਰ ਕਰ ਰਹੇ ਹੋ ਹਨਾ ਸੋ ਕਿਵੇਂ ਤਾਂ ਲੱਗਦਾ ਸਕਸੈਸ ਕਿਉਂਕਿ ਇੱਕ ਗੁਰਦਾਸਪੁਰ ਦੇ ਲੱਗ ਕੇ ਉੱਠ ਕੇ ਜਾਣਾ ਦੈਨ ਦਿੱਲੀ ਦੈਨ ਲੰਡਨ ਬਹੁਤ ساری ਜਰਨੀ ਜੁੜੀ ਹੋਈ ਨਾਲ ਆਈ ਥਿੰਕ ਸਕਸੈਸ ਦੀ ਫਾਰਮ ਕਿਸੇ ਤਰੀਕਾ ਨਾਲ ਮੈਜ਼ਰ ਨਹੀਂ ਕੀਤੀ ਜਾ ਸਕਦੀ ਸਕਸੈਸ ਐਸੀ ਚੀਜ਼ ਹੈ ਜਿੰਨ ਨੂੰ ਤੁਸੀਂ ਜੀ ਸਕਦੇ ਹੋ एवरीडे ਬਟ ਤੁਸੀਂ ਉਹਨੂੰ ਇਮੇਜਨ ਨਹੀਂ ਕਰ ਸਕਦੇ ਕਿਸੇ ਲਈ ਕੁਝ ਸਕਸੈਸ ਹੈ ਕਿਸੇ ਲਈ ਕੁਝ ਔਰ ਆਈ ਥਿੰਕ ਬ੍ਰਾਂਡਸ ਨਾਲ ਜੋੜਨਾ ਜਾਂ ਨਵਾਂ ਕੋਈ ਮੂਵੀ ਦਾ ਕੰਮ ਕਰਨਾ ਜਾਂ ਕੋਈ ਗਾਣੇ ਦਾ ਕੰਮ ਕਰਨਾ ਔਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਵਿਜ਼ਨ ਲੈ ਕੇ ਦੇਖਦੇ ਹੋ ਜਦੋਂ ਤੁਸੀਂ ਕਿਸੇ ਚੀਜ਼ ਲਈ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਮਿਲਦੀ ਹੈ ਖੁਸ਼ੀ ਤਾਂ ਜ਼ਰੂਰ ਹੁੰਦੀ ਹੈ ਬਟ ਨਾਲ ਦੀ ਨਾਲ ਉਹਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਨੇ ਉਹਦੇ ਨਾਲ-ਨਾਲ ਤਾਨੂੰ ਹੋਰ ਅੱਗੇ ਰਾਹ ਜਿਹੜੇ ਨਵੇਂ ਖੁੱਲ ਰਹੇ ਉਹਨਾਂ ਦੀ ਜਾਣਕਾਰੀ ਹੁਣ ਬਹੁਤ ਜ਼ਰੂਰੀ ਹੈ ਸੋ ਮੈਂ ਤਾਂ ਹਮੇਸ਼ਾ ਸਿੱਖਦਾ ਜੀ ਕਿਸੇ ਵੀ ਚੀਜ਼ ਨਾਲ ਜੁੜ ਕੇ ਕਿਸੇ ਵੀ ਚੀਜ਼ ਨੂੰ ਜਦੋਂ ਕੋਈ ਲਾਈਫ ਚ ਚੀਜ਼ ਨਵੀਂ ਹੁੰਦੀ ਹੈ ਮਤਲਬ ਜਿੰਨਾ ਸਿੱਖਿਆ ਜਾਵੇ ਔਰ ਸਕਸੈਸ ਮੈਂ ਡਿਫਰੈਂਸ ਇਹ ਕਨ ਦੇਖਦਾ ਸਕਸੈਸ ਆਈ ਥਿੰਕ ਇਟਸ ਜਿਹੜਾ ਸਕਸੈਸ ਹੈ ਉਹ ਰੋਜ਼ ਜੀਣ ਵਾਲਾ ਕੰਮ ਆ ਸਵੇਰੇ ਉੱਠਣਾ ਤੁਸੀਂ ਜੋ ਸੌਂ ਕੇ ਉੱਠਦੇ ਹੋ ਵੀ ਇੱਕ ਸਕਸੈਸ ਆ ਜਿਹੜਾ ਉੱਠ ਗਿਆ ਉਹ ਸக்ஸੈਸਫੁਲ ਹੋ ਗਿਆ ਨਹੀਂ ਉੱਠਿਆ ਉਹ ਨਹੀਂ ਸக்ஸੈਸਫੁਲ ਹੋਇਆ ਹੈ ਨਾ ਸੋ ਆਈ ਥਿੰਕ ਸਾਰੇ ਜਣੇ ਕੰਮ ਕਰ ਰਹੇ ਨੇ ਆਪਣੇ ਆਪਣੇ ਤਰੀਕੇ ਨਾਲ ਹਰ ਫੀਲਡ ਵਿੱਚ ਤੇ ਸਾਰੇ ਹੀ ਸக்ஸੈਸਫੁਲ ਨੇ ਜਿਹੜਾ ਵੀ ਅੱਜ ਦੀ ਡੇਟ 'ਚ ਘਰੋਂ ਬਾਹਰ ਨਿਕਲਦਾ ਕੋਈ ਕੰਮ ਕਰਨ ਵਾਸਤੇ ਕਿਉਂਕਿ ਕੱਲ੍ਹ ਨਾਲੋਂ ਤਾਂ ਅੱਜ ਦਾ ਦਿਨ ਬਹੁਤ ਬਿਹਤਰ ਆ ਜੀ ਤੇ ਮੇਰੀ ਵੀ ਆਹੀ ਸੋਚ ਆ ਕਿ ਕੱਲ ਆਉਣ ਵਾਲਾ ਦਿਨ ਅੱਜ ਦੇ ਦਿਨ ਨਾਲੋਂ ਬਿਹਤਰ ਹੋਵੇ ਸக்ஸੈਸ ਜ਼ਰੂਰੀ ਆ ਬਟ ਐਟ ਦੀ ਸੇਮ ਟਾਈਮਸ ਸக்ஸੈਸ ਨੂੰ ਤੁਸੀਂ ਮੇਨਟੇਨ ਕਿਦਾਂ ਕਰਨਾ ਉਹ ਜ਼ਿਆਦਾ ਜ਼ਰੂਰੀ ਆ ਇਥੇ